स्मार्ट इंडिया डायल देख रहे सारे दर्शकों नूं मेरे वल्लों प्यार भरी सत श्री अकाल। अज दी शुरुआत करांगे इस खास खबर दे नाल। वालिया चैरिटेबल सोसाइटी वल्लों जलंधर नूं क्राइम फ्री बनाउण लई इक मुहिम चलाई जा रही है, जिस दे तहत सूर्य इनक्लेव दे लास्ट पॉइंट ते सीसीटीवी कैमरे लगवा के उस नूं क्लियर कर दिता गया है। ਅਤੇ ਗੁਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਸਫਾਈ ਮੁਹਿੰਮ ਵੀ ਚਲਾਈ ਜਾਏਗੀ, ਜਿਸ ਦਾ ਸ਼ੁਭ ਆਰੰਭ 1 ਮਾਰਚ ਤੋਂ ਸੂਰਿਆ ਇਨਕਲੇਵ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਤੋਂ ਕੀਤਾ ਜਾਵੇਗਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸੁਨੀਲ ਕੁਮਾਰ ਦੀ ਖਾਸ ਰਿਪੋਰਟ। ਮੇਰੇ ਵੱਲੋਂ ਤੁਹਾਡੇ ਇੱਥੇ ਆਇਆਂ ਨੂੰ, ਸਾਰੇ ਚੈਨਲ ਵਾਲੇ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਤੇ ਤੁਹਾਨੂੰ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਰਮਾਤਮਾ ਤੁਹਾਡੀ ਚੈਨਲਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ, ਪਰਮਾਤਮਾ ਤੁਹਾਨੂੰ ਵੀ ਸੱਚਾਈ 'ਤੇ ਚੱਲਣ ਦਾ ਬਲ ਬਖਸ਼ੇ। ਮੈਂ ਗੁਰਜੀਤ ਸਿੰਘ, ਤੁਹਾਡਾ ਗੁਰਜੀਤ ਸਿੰਘ ਵਾਲੀਆ, ਵਾਲੀਆ ਚੈਰੀਟੇਬਲ ਸੁਸਾਇਟੀ ਚੇਅਰਮੈਨ ਜਲੰਧਰ। ਮੇਰੇ ਵੱਲੋਂ ਜਿਹੜਾ ਇੱਕ ਮੁਹਿੰਮ ਚਲਾਈ ਜਾ ਰਹੀ ਸੀ ਸੂਰੀਆ ਇਨਕਲੇਵ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੀ ਸੀਸੀਟੀਵੀ ਕੈਮਰਿਆਂ ਦੀ, ਉਹਦੀ ਜਿਹੜੀ ਮੇਰੀ ਕਮਿਟਮੈਂਟ ਜਿਹੜੀ ਸੀ, ਮਤਲਬ ਕਿ ਉਹ ਅੱਜ ਜਿਹੜੀ ਹੈ ਮੈਂ 5 ਤਰੀਕ ਨੂੰ ਪੂਰੀ ਕਰ ਦਿੱਤੀ ਹੋਈ ਹੈ ਕਿ ਅੱਜ ਜਿਹੜਾ ਚੌਥਾ ਪੁਆਇੰਟ ਮੈਂ ਅੱਜ ਕਲੀਅਰ ਕਰ ਦਿੱਤਾ, ਜੋ ਵੀ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਆਪਣੇ ਮਾਣਯੋਗ ਪੁਲਿਸ ਪ੍ਰਸ਼ਾਸਨ ਨਾਲ ਜਾਂ ਆਪਣੇ ਕਲੋਨੀ ਦੇ ਜਿਹੜੇ ਸਾਡੇ ਜਿਹੜੇ ਮਤਲਬ ਹੈ ਨੇ ਇੱਥੇ ਜਿਹੜੇ ਸਾਡੇ ਸਾਡੇ ਭਰਾ ਨੇ, ਵੀਰ ਭਰਾ ਨੇ, ਉਹਨਾਂ ਨਾਲ ਮੈਂ ਵਾਅਦਾ ਕੀਤਾ, ਉਹ ਮੈਂ ਆਪਣਾ ਵਾਅਦਾ ਪੁਗਾ ਦਿੱਤਾ ਜੀ। ਅੱਜ ਜਿਹੜਾ ਮੈਂ ਕੈਮਰੇ ਲਾ ਕੇ ਵਾਅਦਾ ਪੁਗਾਤਾ, ਹੁਣ ਮੈਂ 1 ਮਾਰਚ ਤੋਂ ਆਪਣਾ ਇੱਕ ਵਾਅਦਾ ਹੋਰ ਨਿਭਾ ਰਿਹਾ, ਉਹਦੀ ਵੀ ਮੈਂ ਕਮਿਟਮੈਂਟ ਕਰ ਰਿਹਾ ਆਪਣੇ ਸੂਰੀ ਇਨਕਲੇਵ ਦੇ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਸਾਰੇ ਸਾਡੇ ਵਾਸੀ ਜਿਹੜੇ ਨੇ ਵੀਰ ਭਰਾ, ਉਹਨਾਂ ਲਈ ਮੈਂ ਇੱਕ ਹੋਰ ਸਫਾਈ ਅਭਿਆਨ ਮੈਂ 1 ਮਾਰਚ ਤੋਂ ਸ਼ੁਰੂ ਕਰਾਵਾਂਗਾ ਜੀ। ਉਹ ਸਫਾਈ ਅਭਿਆਨ ਦਾ ਮੈਂ ਵਾਅਦਾ ਕਰਦਾ ਇਹਨਾਂ ਨਾਲ ਅਤੇ ਉਹ ਮੈਂ ਅਭਿਆਨ ਜਿਹੜਾ ਸਫਾਈ ਅਭਿਆਨ ਚਲਾ ਰਿਹਾ ਜੀ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਇਹ ਸੂਰੀਆ ਨਿਕਲ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਹੈ ਮੇਰਾ ਕਿ ਸੱਚ ਅਤੇ ਹੱਕ 'ਤੇ ਖਾਓ ਅਤੇ ਸੱਚ ਅਤੇ ਹੱਕ 'ਤੇ ਚੱਲੋ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਸਰ। ਅੱਜ ਜਿਹੜਾ ਹੈ ਗੁਰਜੀਤ ਸਿੰਘ ਵਾਲੀਆ, ਜਿਹੜਾ ਵਾਲੀਆ ਚੈਰੀਟੇਬਲ ਟਰੱਸਟ ਆ, ਇਹਨਾਂ ਨੇ ਅੱਜ ਇੱਥੇ ਕੈਮਰੇ ਜਿਹੜੇ ਆ ਕਨਾਲ ਦਾ ਬਲੋਕ ਆ ਸੂਰੀਆ ਇਨਕਲੇਵ ਦੇ ਵਿੱਚ, ਇਹ ਚੌਂਕ ਦੇ ਵਿੱਚ ਅੱਜ ਇਹਨਾਂ ਨੇ ਕੈਮਰੇ ਲਵਾਏ ਆ, ਜਿਹੜਾ ਇਹਨਾਂ ਨੇ ਚੈਰੀਟੇਬਲ ਟਰੱਸਟ ਵੱਲੋਂ ਹੀ ਉਹਦਾ ਜਿਹੜਾ ਆਪਣੇ ਚੈੱਕ ਦਿੱਤਾ ਆ। ਪਹਿਲਾਂ ਵੀ ਇਹਨਾਂ ਨੇ ਇੱਥੇ 3-4 ਜਗ੍ਹਾ 'ਤੇ ਕੈਮਰੇ ਲਵਾਏ ਆ, ਉਹ ਵੀ ਸਾਰੇ ਇਹਨਾਂ ਨੇ ਆਪਣੇ ਚੈਰੀਟੇਬਲ ਟਰੱਸਟ ਵੱਲੋਂ ਜਿਹੜੀ ਉਹਦੀ ਪੇਮੈਂਟ ਕੀਤੀ ਹੈ ਅਤੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ। ਸਰ, ਪਹਿਲਾਂ ਜਿਹੜੇ ਕੈਮਰੇ ਲਵਾਏ ਉਹਨਾਂ ਦਾ ਕ੍ਰਾਈਮ ਨੂੰ ਫਰਕ ਪਿਆ ਪਹਿਲਾਂ? ਹਾਂ, ਕੈਮਰਿਆਂ ਦੇ ਨਾਲ ਤਾਂ ਸੀਸੀਟੀਵੀ ਦੀ ਜਿਹੜੀ ਆ ਕੈਮਰੇ ਇਹਨਾਂ ਨਾਲ ਬਹੁਤ ਫਰਕ ਪੈਂਦਾ ਔਰ ਇਹਨਾਂ ਨਾਲ ਟਰੇਸੇਬਲ ਹੋ ਜਾਂਦਾ ਬੰਦਾ। ਕਿ ਸਰ, ਜਿਹੜੇ ਬਾਕੀ ਪੁਆਇੰਟ ਪਹਿਲਾਂ ਕਲੀਅਰ ਕੀਤੇ ਆ ਉੱਥੇ ਚੈੱਕ ਕੀਤਾ ਜਾਂਦਾ? ਹਾਂ ਹਾਂ, ਜਦੋਂ ਸਾਨੂੰ ਲੋੜ ਪੈਂਦੀ ਆ ਉੱਥੇ ਡੀਵੀਆਰ ਲੱਗੇ ਚੈੱਕ ਕਰਦੇ। ਇਹਦਾ ਡੀਵੀਆਰ ਸਰ ਕਿੱਥੇ ਰੱਖਿਆ ਜਾਂਦਾ? ਇਹਦਾ ਡੀਵੀਆਰ ਇੱਥੇ ਲੱਗੇ ਰੱਖਾਂਗੇ। ਨਿਡਰਤਾ ਅਤੇ ਸੱਚਾਈ ਦੇ ਨਾਲ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਦਬਾਓ। ਇਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।